ਸ਼ੂਗਰ ਨੂੰ ਕੰਟਰੋਲ ਕਰਨ ਦਾ ਜੀ ਆਪਾਂ ਬਿਲਕੁਲ ਪੱਕਾ ਹੱਲ ਕਰਾਂਗੇ ਜੀ ਉਹ ਵੀ ਤੁਹਾਡੇ ਘਰੇ ਤੁਸੀਂ ਕਰਨਾ ਕੀ ਇੱਕ ਗਲਾਸ ਤਾਂ ਤੁਸੀਂ ਪਾਣੀ ਦਾ ਲੈਣਾ ਜੀ ਘੜੇ ਵਾਲੇ ਪਾਣੀ ਦਾ ਉਸ ਤੋਂ ਬਾਅਦ ਥੋੜਾ ਜਿਹਾ ਇਹਦੇ ਵਿੱਚ ਮੇਥੀ ਦਾਣਾ ਪਾ ਦੇਣਾ ਜਿੰਨਾ ਕਿ ਮੇਥੀ ਦਾਣਾ ਗਲਾਸ ਦੇ ਵਿੱਚ ਆਪਾਂ ਨੇ ਪਾਇਆ ਭਾਂਡਾ ਚਾਹੇ ਕੱਚ ਦਾ ਹੋਵੇ ਚਾਹੇ ਦੂਸਰਾ ਨਾਰਮਲ ਹੋਵੇ ਗਲਾਸ ਉਹਦਾ ਕੋਈ ਚੱਕਰ ਨਹੀਂ ਹੈਗਾ ਇਸ ਤੋਂ ਬਾਅਦ ਤੁਸੀਂ ਇਹਨੂੰ ਹਿਲਾਉਂਦੇ ਰਹਿਣਾ ਥੋੜਾ ਜਿਹਾ ਟਾਈਮ ਜਿੰਨਾ ਕ ਟਾਈਮ ਆਪਾਂ ਹਲਾਵਾਂਗੇ ਜਿੰਨੇ ਟਾਈਮ ਦੇ ਵਿੱਚ ਜਿਵੇਂ ਆਪਾਂ ਤਿਆਰ ਕਰਾਂਗੇ ਉਸੇ ਤਰੀਕੇ ਨਾਲ ਹੀ ਤੁਸੀਂ ਆ ਜਿਹੜਾ ਦੇਸੀ ਤਰੀਕਾ ਇਹਨੂੰ ਤਿਆਰ ਕਰ ਲਿਓ ਜਿੰਨੇ ਵੀ ਲੋਕਾਂ ਨੂੰ ਕਿਸੇ ਨੂੰ ਔਰਤ ਨੂੰ ਮਰਦ ਨੂੰ ਕਿਸੇ ਨੂੰ ਵੀ ਜੇ 슈ਗਰ ਹੈਗਾ ਤਾਂ ਤੁਹਾਡਾ 슈ਗਰ ਬਿਲਕੁਲ ਕੰਟਰੋਲ ਹੋ ਜਾਊਗਾ ਤੁਹਾਡੇ ਪੈਰ ਮਚਣ ਲੱਗ ਜਾਂਦੇ ਨੇ ਜਾਂ ਪਾਸਿਆਂ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਏ ਉਹਦਾ ਬਿਲਕੁਲ ਪੱਕਾ ਸੋਲੂਸ਼ਨ ਹੈ ਤੁਹਾਡੇ ਜਿਹੜੇ 슈ਗਰ ਨੂੰ ਬਿਲਕੁਲ ਇਹ ਕੰਟਰੋਲ ਦੇ ਵਿੱਚ ਰੱਖੂਗਾ ਤੇ ਬਿਲਕੁਲ ਆਸਾਨ ਤਰੀਕਾ ਕੋਈ ਬਾਲਾ ਵੱਡਾ ਔਖਾ ਤਰੀਕਾ ਨਹੀਂ ਹੈਗਾ ਕੋਈ ਬਾ ਤਰੀਕਾ ਨਹੀਂ ਹੈਗਾ ਉਸ ਤੋਂ ਬਾਅਦ ਇੰਨੇ ਕ ਆਪਾਂ ਨੂੰ ਕਲੌਂਜੀ ਦੇ ਦਾਣੇ ਚਾਹੀਦੇ ਨੇ ਇਹ ਵੀ ਆਪਣੇ ਆਮ ਜਿਹੜੀਆਂ ਪੰਸਾਰੀ ਦੀਆਂ ਦੁਕਾਨਾਂ ਹੁੰਦੀਆਂ ਨੇ ਉੱਥੋਂ ਵੀ ਇਹ ਸਮਾਨ ਮਿਲ ਜਾਂਦਾ ਤੇ ਆ ਜਿਹੜਾ ਆਮ ਸਮਾਨ ਹੈ ਹੁਣ ਜਿਵੇਂ ਮੇਥੀ ਦਾਣਾ ਹੋਵੇ ਕਲੌਂਜੀ ਇਹ ਤਾਂ ਆਪਾਂ ਨਾਰਮਲ ਵੀ ਘਰਾਂ ਦੇ ਵਿੱਚ ਰੱਖਦੇ ਆ ਆਪਣੀ ਰਸੋਈ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਮੌਜੂਦ ਨੇ ਸ਼ੂਗਰ ਜਿਹੜੇ ਲੋਕਾਂ ਨੂੰ ਹੁੰਦਾ ਉਹਨਾਂ ਨੂੰ ਹੀ ਪਤਾ ਹੈ ਵੀ ਇਹਦੀ ਕਿੱਡੀ ਵੱਡੀ ਤਕਲੀਫ ਹੈ ਕਿੰਨੀ ਜਿਆਦਾ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਪਰ ਆ ਜਿਹੜਾ ਤਰੀਕਾ ਹੈ ਪੁਰਾਣੇ ਬਜ਼ੁਰਗਾਂ ਦਾ ਵੀ ਦੱਸਿਆ ਹੋਇਆ ਹੈ ਪੁਰਾਣੇ ਵੈਦਾਂ ਦਾ ਵੀ ਦੱਸਿਆ ਹੋਇਆ ਹੈ ਤੇ ਜਿਹੜੇ ਪੁਰਾਣੇ ਵੱਡੇ ਡਾਕਟਰ ਨੇ ਉਹਨਾਂ ਦਾ ਤਾਂ ਤੁਹਾਡਾ ਜਿਹੜਾ ਪੇਸ਼ੈਂਟ ਹੈ ਕੋਈ 슈ਗਰ ਦਾ ਉਹ ਤੁਹਾਨੂੰ ਆਪ ਹੀ ਦੱਸ ਦੂਗਾ ਵੀ ਉਹਨੂੰ ਕਿੰਨੀ ਜ਼ਿਆਦਾ ਰਾਹਤ ਮਿਲ ਰਹੀ ਹੈ ਠੀਕ ਹੈ ਇੱਕ ਤਰੀਕਾ ਤੁਸੀਂ ਕਰਕੇ ਦੇਖ ਲਿਓ ਇੰਨਾ ਕ ਆਪਾਂ ਨੇ ਪਾਣੀ ਲਿਆ ਪਾਣੀ ਚਾਹੀਏ ਆਰੋ ਦਾ ਹੋਵੇ ਚਾਹੀ ਟੂਟੀ ਦਾ ਕੋਈ ਵੀ ਹੋਵੇ ਪਰ ਕੋਸ਼ਿਸ਼ ਕਰੋ ਵੀ ਪਾਣੀ ਘੜੇ ਦਾ ਲੈਣਾ ਹੈ ਬਰਫ ਵਾਲਾ ਪਾਣੀ ਨਹੀਂ ਇਹਦੇ ਵਿੱਚ ਰੱਖਣਾ ਜਾਂ ਨਾਰਮਲ ਸਿੱਧਾ ਹਰੋਚ ਕੱਢ ਕੇ ਨਾ ਰੱਖਿਓ ਘੜੇ ਦਾ ਪਾਣੀ ਰੱਖਿਓ ਸਭ ਤੋਂ ਜ਼ਰੂਰੀ ਇਹ ਜਿਹੜੀ ਟ੍ਰਿਕ ਹੈ 슈ਗਰ ਦੀ ਦਵਾਈ ਤਿਆਰ ਕਰਨ ਦੀ ਕੰਟਰੋਲ ਰੱਖਣ ਦੀ ਉਹ ਆ ਹੈ ਘੜਾ ਘੜਾ ਸਭ ਤੋਂ ਜ਼ਰੂਰੀ ਹੈ ਘੜੇ ਦਾ ਪਾਣੀ ਆਪਾਂ ਨੂੰ ਹੋਣਾ ਚਾਹੀਦਾ ਜੇ ਤੁਸੀਂ ਘੜਾ ਨਹੀਂ ਰੱਖਦੇ ਤਕੜਾ ਰੱਖਣ ਲੱਗ ਜੂ ਘੜੇ ਦੇ ਵਿੱਚ ਪਾਣੀ ਰੱਖੋ ਕਿਉਂਕਿ ਘੜੇ ਦਾ ਪਾਣੀ ਵੈਸੇ ਵੀ ਆਪਣੀ ਸਿਹਤ ਵਾਸਤੇ ਬਹੁਤ ਜ਼ਿਆਦਾ ਚੰਗਾ ਹੁੰਦਾ ਲੋਕਾਂ ਨੂੰ ਆਦਤ ਪੈ ਰਹੀ ਹੈ ਵੀ ਫਰਿੱਜ ਦੇ ਵਿੱਚ ਸਿੱਧੀ ਬੋਤਲ ਰੱਖੋ ਜਾਂ ਪਰਫਲਾ ਪਾਣੀ ਪੀਓ ਪਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ ਨੁਕਸਾਨ ਵਾਲੇ ਨੇ ਇਸ ਤੋਂ ਬਾਅਦ ਆਪਾਂ ਨੂੰ ਕਾਲੇ ਚਨੇ ਚਾਹੀਦੇ ਨੇ ਉਹ ਵੀ ਏਨੇ ਕਿ ਚਾਹੀਦੇ ਨੇ ਇਹ ਆਪਾਂ ਤੁਹਾਡੇ ਇੱਕ ਟਾਈਮ ਦੀ ਜਿਹੜੀ ਖਰਾਕ ਹੈ ਇੱਕ ਦਿਨ ਦੀ ਰੋਜ਼ ਹੈ ਜਿਹੜੀ ਉਹ ਤੁਹਾਡੇ ਤਿਆਰ ਕਰ ਰਹੇ ਹਾਂ ਜਿੰਨਾ ਜਿੰਨਾ ਸਾਮਾਨ ਆਪਾਂ ਨੇ ਪਾਇਆ ਉਨਾਂ ਕੀ ਪਾਓ ਇਹ ਨਾ ਹੋਵੇ ਵੀ ਤੁਸੀਂ ਬਾਲਾ ਜ਼ਿਆਦਾ ਪਾ ਲਿਓ ਤਾਂ ਕੋਈ ਫਾਇਦਾ ਨਹੀਂ ਹੈਗਾ ਜੀ ਇਹ ਜਿਹੜੇ ਦੇਸੀ ਤਰੀਕੇ ਤੇ ਤੁਹਾਡੇ ਸਰੀਰ ਦੇ ਵਿੱਚੋਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਖਤਮ ਕਰਨ ਦੀ ਸ਼ਮਤਾ ਰੱਖਦੀਆਂ ਨੇ ਇਹ ਹੈ ਨਹੀਂ ਹੈਗਾ ਵੀ ਜਿਹੜੀ ਅੰਗਰੇਜ਼ੀ ਦਵਾਈ ਹੈ ਇੱਕਦਾਂ ਮੇ ਖਤਮ ਕਰ ਦੂਗੀ ਜਾਂ ਕੰਟਰੋਲ ਕਰ ਦੂਗੀ ਪਰ ਆ ਬਾਲਾ ਜ਼ਬਰਦਸਤ ਫਾਰਮੂਲਾ ਹੈ ਇਸ ਤੋਂ ਬਾਅਦ ਹਲਕਾ ਜਿਹੇ ਦੇ ਵਿੱਚ ਪਾਣੀ ਆਪਾਂ ਨੇ ਹੋਰ ਐਡ ਕਰਤਾ ਤਿੰਨੇ ਚੀਜ਼ਾਂ ਆਪਣੀਆਂ ਦੇ ਵਿੱਚ ਐਡ ਨੇ ਇਸ ਤੋਂ ਬਾਅਦ ਇਹਨੂੰ 8 ਤੋਂ ਲੈ ਕੇ 10 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਇਹਨੂੰ ਰੱਖਣਾ ਹੈ ਇਹਨੂੰ ਤੁਸੀਂ ਯੂਜ਼ ਨਹੀਂ ਕਰਨਾ 8 ਤੋਂ 10 ਘੰਟੇ ਤੁਸੀਂ ਇਹਨੂੰ ਰੱਖ ਦੇਣਾ ਕੋਸ਼ਿਸ਼ ਕਰੋ ਵੀ ਇਹ ਸਾਰਾ ਕੰਮ ਤੁਸੀਂ ਸ਼ਾਮ ਨੂੰ ਕਰਕੇ ਰੱਖੋ ਇਸ ਤੋਂ ਬਾਅਦ ਸਵੇਰੇ ਆਪਾਂ ਨੇ ਇਹਨੂੰ ਚੱਕ ਲਿਆ ਆ ਦੇਖ ਲਓ ਤੁਸੀਂ ਆਪਾਂ ਇਹਨੂੰ ਹਲਾ ਕੇ ਦੇਖ ਲੈਨੇ ਆ ਸਾਰੀਆਂ ਚੀਜ਼ਾਂ ਆਪਣੀਆਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਭਿੱਜ ਚੁੱਕੀਆਂ ਨੇ ਠੀਕ ਹੈ ਮੇਥੀ ਦਾਣਾ ਵੀ ਆਪਣਾ ਕਲੌਂਜੀ ਵੀ ਤੇ ਆਪਣੇ ਕਾਲੇ ਚਨੇ ਵੀ ਇਸ ਤੋਂ ਬਾਅਦ ਪਾਣੀ ਹੈ ਜਿਹੜਾ ਉਹਨੂੰ ਆਪਾਂ ਇੱਕ ਅਲੱਗ ਭਾਂਡੇ ਦੇ ਵਿੱਚ ਕੱਢ ਲਾਂਗੇ ਤੁਸੀਂ ਇਹਨੂੰ ਸਵੇਰੇ ਨਿਰਨੇ ਕਾਲਜ ਉੱਠ ਕੇ ਪਾਣੀ ਨੂੰ ਪੀ ਲਓ ਤੇ ਆ ਜਿਹੜੇ ਛੋਲੇ ਨੇ ਕਲੌਂਜੀ ਦਾਣੇ ਤੇ ਮੇਥੀ ਦਾਣਾ ਇਹਨੂੰ ਤੁਸੀਂ ਚਬ ਲਓ 10 ਤੋਂ ਲੈ ਕੇ 15 ਦਿਨਾਂ ਦੇ ਵਿੱਚ ਤੁਹਾਡਾ 슈ਗਰ ਕੰਟਰੋਲ ਹੋ ਜਾਊਗਾ ਤੇ ਤੁਹਾਡੇ ਪੈਰ ਨਹੀਂ ਮੱਚਣਗੇ ਕਦੇ ਵੀ